ਸਾਡਾ ਗੁੱਡੀਓ ਤੈਨੂੰ ਡਾਉਣੀ ਆਉਂਦੀ ਆ ਅਸੀਂ ਕਾਨੂੰਨ ਨੇ ਜੋ ਮਰਜ਼ੀ ਡਾ ਦਈਏ ਓ ਲਸ਼ਕੇ ਵਾਲਿਆ ਕੰਨੀ ਦੇ ਓਏ ਕੰਨੀ ਨਹੀਂ ਦਿੰਦੇ ਓਏ ਕਾਗਜ਼ ਚੈੱਕ ਕਰ ਓ ਜੀ ਮੇਰੇ ਪੂਰੇ ਕਾਗਜ਼ਾਂ ਨੇ ਪੂਰੇ ਕਦੋਂ ਦਸਾਂ ਕਾਨੂੰਨ ਦੇ ਵਿੱਚ ਆਏ ਨਹੀਂ ਫੌਜੀ ਕਿਸੇ ਨੂੰ ਗੁੱਡੀ ਡਾਉਂਦੇ ਨੇ ਫੌਜੀ ਕਿਸ ਤਰ੍ਹਾਂ ਮੇਜਰ ਸਾਹਿਬ ਨੇ ਵਰਦੀ ਵਰਦੀ ਪਾਈ ਹੈ ਅੱਛਾ ਗੁੱਡੀਆਂ ਉੱਡ ਰਹੀਆਂ ਬਸੰਤ ਵਾਲੇ ਦਿਨ ਹਰ ਇੱਕ ਦਾ ਦਿਲ ਕਰ ਆਉਂਦਾ ਹੁਣ ਮਾਤਾ ਤੈਨੂੰ ਬੁਲਾਇਆ ਸੂਬੇਦਾਰ ਨੂੰ ਔਰ ਨਦਰ ਮੁਹੰਮਦ ਉਹ ਪਤੰਗ ਨਿਕਾਲ ਕੇ ਲਗਾਓ ਡੋਰ ਕਾ ਪੇਲਾ ਵੀ ਲਾਓ ਸਾਥ ਹਾਂ ਸਰ ਜੀ ਤੋਂ ਮੈਂ ਲੈ ਆਇਆ ਹਾਂ ਚਲੋ ਕੰਨੀ ਦਿਓ ਔਰ ਸਾਦਿਕ ਮੁਹੰਮਦ ਕੰਨੀ ਦਿਓ ਔਰ ਸਲੂਟ ਕੋ ਛੋੜੋ ਕੰਨੀ ਦਿਓ ਕਿਧਰ ਹੋ ਜਾਓ ਔਰ ਤੂੰ ਮੇਰਾ ਬਟਨ ਖੋਲੋ ਔਰ ਠਹਿਰੋ ਮੈਂ ਕਹਿੰਦਾ ਚਲੋ ਠਹਿਰ ਜਾਓ ਕੰਨੀ ਦਿਓ ਮੈਂ ਕਹਿੰਦਾ ਠਹਿਰੋ ਇਹ ਜੋ ਰੰਗ ਰੂਟ ਜਵਾਨ ਜਾ ਰਹੇ ਹਨ ਇਨਕੋ ਬੋਲੋ ਬਾਰਕੋ ਮੇ ਸੇ ਮਿੱਟੀ ਨਿਕਾਲ ਕੇ ਗਰਾਊਂਡ ਮੇ ਰੱਖੋ ਜਬ ਰੱਖ ਲੈ ਫਿਰ ਉਧਰ ਹੀ ਰੱਖੋ ਦਿਸ ਮਾਈ ਆਰਡਰ ਚਲੋ ਔਰ ਡਬਲ ਕਰੋ ਔਰ ਠਹਿਰ ਜਾਓ ਸੀਓ ਸਾਹਿਬ ਕੀ ਗਾੜੀ ਗੁਜ਼ਰ ਲੈਣ ਦੋ ਸੀਓ ਸਾਹਿਬ ਕਹਿੰਦੇ ਕਰਨਲ ਸਾਹਿਬ ਨੂੰ ਓਏ ਹਵਾ ਕਿਧਰ ਆ ਨਜ਼ਰ ਮੁਹੰਮਦ ਹਵਾ ਕਿਧਰ ਆ ਉਹ ਜੀ ਉਹ ਕਰਨਲ ਸਾਹਿਬ ਗਏ ਆ ਮੇਰਾ ਖਿਆਲ ਉਹ ਹਵਾ ਬੰਦ ਕਰ ਗਏ ਮੇਰਾ ਖਿਆਲ ਅਭੀ ਤੋ ਚੱਲ ਰਹੀ ਥੀ ਜੀ ਸੀ ਓ ਸਾਹਿਬ ਗਏ ਕਰਨਲ ਸਾਹਿਬ ਉਹਨਾਂ ਨੇ ਹਵਾ ਬੰਦ ਕਰ ਦਿੱਤੀ ਹਮਾਰੀ ਵੀ ਹਵਾ ਟਾਇਟ ਹੋਈ ਹੋਈ ਹੈ ਸਰ ਅਬ ਹਮ ਹਵਾ ਕਿੱਧਰ ਸੇ ਲਾਏ ਮੇਰਾ ਖਿਆਲ ਉਹ ਚਾਬੀ ਵੀ ਸਾਥ ਲੈ ਗਏ ਚਲੋ ਹਵਾ ਨਹੀਂ ਆ 15-20 ਪੰਖੇ ਨਿਕਾਲ ਕੇ ਲਗਾਓ ਔਰ ਇਹ ਸਿਵਲ ਆਦਮੀ ਕੋਲੋਂ ਕੋ ਪੇਚ ਉਸਕੋ ਉਧਰ ਲਗਾਓ ਪੇਚ ਉਸਕਾ ਏਰੀਆ ਨਹੀਂ ਹੈ ਚਲੋ ਕੈਸਾ ਬਹੁਤ ਅੱਛਾ ਲੈ ਬਹੁਤ ਅੱਛਾ ਅੱਛਾ ਗੱਲ ਸੁਣ ਫਰਜ਼ੰਦ ਕਿੱਥੇ ਹੀ ਕੀ ਕਹਿਣਾ ਉਹਨੂੰ ਵੀ ਉਹਦੇ ਲਈ ਮੈਂ ਰਿਸ਼ਤਾ ਵੇਖਿਆ ਬੜੀ ਸੋਹਣੀ ਕੁੜੀ ਹੈ ਠੀਕ ਹੈ ਜਦਾਦ ਵੀ ਬੜੀ ਹੂੰ ਠੀਕ ਹੈ ਫਰਜ਼ੰਦ ਆਵੇ ਤਾਂ ਉਹਨੂੰ ਕਹੀ ਕਿ ਮੈਡਮ ਸ਼ਿਦਾਈ ਸੇ ਮੇਰੇ ਦਫ਼ਤਰ ਆ ਤੇ ਮੈਂ ਉਹਨਾਂ ਨਾਲ ਡਿਸਕਸ ਕਰਨੀ ਹੈ ਠੀਕ ਹੈ ਠੀਕ ਹੈ ਤੇਰੇ ਲਈ ਵੀ ਰਿਸ਼ਤਾ ਵੇਖ ਲਵਾਂਗੀ ਮੈਂ ਆਜੋ ਪਾਰਟੀ ਵਾਲੇ ਆਜੋ ਹਟ ਜਾ ਤੂੰ ਤੂੰ ਮਰ ਲਿਆ ਅਸਲਾਮ ਵਾਲੇ ਚੁੱਪ ਉਹ ਕਿੱਥੇ ਮੈਂ ਵਾਹ ਅੱਲਾ ਦੀ ਸ਼ਾਨ ਵੇਖੋ ਡਰਨ ਕੌਣ ਡਿਆ ਸ਼ਾਹਰੁਖ ਭੈੜਾ ਰੁਖ ਮੇਰਾ ਰੁਖ ਤੁਹਾਡੇ ਘਰ ਵਾਲਾ ਰੁਖ ਬੜੀ ਗੱਲ ਹੈ ਬਈ ਬੜੀ ਗੱਲ ਇੱਥੋਂ ਵੀ ਲਾਲ ਇੱਥੋਂ ਵੀ ਲਾਲ ਚਿੜੀਆ ਘਰ ਜਾਈ ਨਾ ਵੱਡਾ ਲੰਗੂਰ ਵੇਖਣ ਉਹ ਇੰਜ ਕਰਕੇ ਅੱਜ ਕਰੇ ਉਹਦਾ ਮੂੰਹ ਲਾਲ ਹੁੰਦਾ ਹੈ ਚਿੜੀਆ ਕਰ ਗਿਆ ਰੇਸ਼ ਦੇ ਪਿੰਜਰੇ ਨੂੰ ਹਿਲਾ ਕੇ ਲੈ ਆਪਾਂ ਫਿਕਰ ਨਾ ਕਰ ਤੇਰੀ ਜ਼ਮਾਨਤ ਹੋ ਜਾਏਗੀ ਇਹ ਵੀ ਚਿੜੀਆ ਘਰ ਗਿਆ ਬਾਂਦਰੀਆਂ ਦੇ ਪਿੰਜਰਿਆਂ ਨੂੰ ਫੜ ਕੇ ਕਹਿਣ ਡਿਆ ਸੀ ਫੁੱਫੀਓ ਜੇ ਤੁਸੀਂ ਖੁੱਲੇ ਗਲੇ ਪਾ ਕੇ ਇੰਜੇ ਹੀ ਨਾ ਕਰਦੀ ਤੇ ਅੱਜ ਹਸ਼ਰ ਨਾ ਵੇਖਣਾ ਪੈਂਦਾ ਮੈਂ ਕਿਹਾ ਗੱਲ ਸੁਣ ਉਹ ਸਹਿਮਾ ਹੈ ਨਾ ਉਹਨੇ ਆਉਣਾ ਹੁਣੇ ਅੱਛਾ ਜੀ ਤੇ ਜੋ ਹੋਰ ਕੋਈ ਵੀ ਆਵੇ ਮੇਰਾ ਨਹੀਂ ਦੱਸਣਾ ਮੈਂ ਅੰਦਰ ਹਾਂ ਠੀਕ ਹੈ ਜੀ ਠੀਕ ਹੈ ਨਾ ਸਹਿਮਾ ਨੂੰ ਨਹੀਂ ਟੱਕਣਾ ਠੀਕ ਹੈ ਜੀ ਵੇਖ ਕਾਲੇ ਮੂੰਹ ਵਾਲਿਆ ਤੇ ਗੰਦੇ ਵਾਲ ਵਾਲਿਆ ਵੇ ਮੈਂ ਆਵਾ ਆ ਜਾ ਸ਼ਹਿਜ਼ਾਦੀ ਆ ਜਾ ਸੋਹਣੀ ਜਿਹੀ ਕੋਈ ਕੁੜੀ ਲੱਗ ਰਹੀ ਹੈ ਤੈਨੂੰ ਪਿਆਰ ਹੀ ਇੰਨਾ ਕਰਨੀ ਤੇਰੀ ਇੱਜ਼ਤ ਹੀ ਇੰਨੀ ਕਰਨੀ ਹੁਣ ਤੇ ਜਦੋਂ ਤੱਕ ਸਵੇਰੇ ਤੇਰੀ ਬੋਹ ਨਾ ਸੁੰਗਾ ਮੇਰੀਆਂ ਨਾਸਾਂ ਨਹੀਂ ਖੁੱਲਦੀਆਂ ਵੇ ਮੇਰੇ ਮਦਰਾਸ ਦੀਆਂ ਜਨਾਨੀਆਂ ਕਦੀ ਘੁੰਡ ਤੇ ਚੁੱਕ ਮੇਰਾ ਸੋਹਣਿਆ ਓਏ ਮੇਰੀ ਬਿਸਤੀ ਵਾਸਤੇ ਛੱਡੀ ਆ ਹਾਏ ਮੈਂ ਮਰ ਗਈ ਤੂੰ ਉਹ ਸੋਹਣਾ ਬੰਦਾ ਪਹਿਲੀ ਵਾਰੀ ਵੇਖੀ ਬੰਗਾਲ ਦੀ ਕੁੱਤੀ ਪਾਕਿਸਤਾਨ ਪਹਿਲੀ ਵਾਰੀ ਵੇਖੀ ਏ ਤੇਰਾ ਕੱਖ ਨਾ ਰਵੇ ਅੰਦਰ ਜਾਣਿਆ ਚਲ ਜਾ
जाके मेरे मशूक नु बुला के लिया। मशूक नु के आशिक नु? वे मैं जिन्हू रखे मशूक ही हुंदा उतर जाने। कुछ लड्डू बने तेरे वास्ते ते लड्डू है जेड़ा ना खादा जाना ना खोलिया जाना तेरे कोलों। चल जा ठंडे हथां लिया उतर जाने। निकियां नकियां लिया ते गंदे दंदां लिया तेरा कसदा रवे खादा भरावा। ओ मेरी बीसी करने तुसी खुश होने ते होर तेरी मैं इज्जत करा तेरा मुंह है इज्जत कराने वाला तेरे कख ना रहन तेरे बेड़े घर को यण। चल जा। अच्छा मैं सोना लेगा? नहीं तू सोना है अपनी मां का। सैमा जी आ गए। सैमा जी। सैमा जी कह अम्मी जी ना कह देवी उतर जाने। कड़ी मुड़ी डरना पैंदा तेरे को। हां इस सदके डरदा कौन पे आपस 19 20 दा दोवां दा फर्क है वैसे। मैं सदके जावां जे मुंह दे खिलाफ कपड़े पाए ने मैं तेरे सदके जावां। मैं सोनिया तेरे तो सदके जावां। मेरे आ मशूकड़े आ मैं ते तेरे बगैर रह नहीं सकदी। आज मैं सवेरे तेरे बगैर नहीं रह सकदी। मैं तेरी दवाई आ। दवाई है मेरी तेनू की पता वे जिन्ना मैं तेरे नाल कीता हीरो मैनू तो सच्ची मुची दे मुंडे बुरे लगने शुरू हो गए ने अंतरिया। मैनू तो जिन्ना तक ताडी बोह ना सुंगा तुसी कन्ना चो मैल ना कढो या नक चो चूहे ना कढो मैनू तो होर कोई चीज नहीं नजर आती। ताडे कख ना रहन दुनिया च सब तो लेटेस्ट बोह ही ताडी है। खाना खराब दे पुत्रो बोह आंदी है। हां मेरे कोलो बोह आवे ना। हां जी तो कोठे ते चढ़ के क्या कर की आई बो। मैं ते तेरे बगैर रह नहीं सकदी सोहणिया सजना। तू की मुफ च वेखण दे इथे हैं छोटी जुत्ती वाले गंदी जुत्ती वाले गंदी मां दे गंदिया बच्चिया गंदिया सोच वाले गंदिया पिता कन्ने गंदे काम करदे फिर बंदे करदे ना जान दे मन मान लो है की है की छोटी जी ये मोटर वड्डी लुआई रूड़ी कुत्ता मरिया पिया सी। मैं कुत्ते नूं गौर नाल वेख्या मैनूं ताडी बड़ी याद आई। तू ते अन्नी हो गई हुण। क्यों वे हुण तैनूं चीते कुत्ते लगणगे। मेरा चीता मैं क्या सोणिया जी मैनूं तो लोकां ने कहा सोनिया कोई तो हाथ गर्म कर लिया करो क्यों ठंडे ठार मेरे जोगे रह गए ताडे कख ना रहन। बाकी भी मेरी आमद मर जानी ठंडे हाथ फर के हाथ भी ठंडे ते आहो। मैं क्या मैं तेनू की क्या सोनिया सजना तू अरहन है सारे ने पता है अरहन है मजंग दी होवी ता ताडे गंडा बने आई ਤਾਨੂੰ ਕੀ ਪਤਾ ਵੇ ਇਹਨਾਂ ਗੱਲਾਂ ਦਾ ਸੋਹਣਿਆ। ਮੈਨੂੰ ਲੋਕਾਂ ਨੇ ਕਿਹਾ ਮੈਂ ਤੈਨੂੰ ਛੱਡ ਦਿਆ। ਮੈਂ ਕਿਹਾ ਤੈਨੂੰ ਕੀ ਪਤਾ ਹੈ ਮੇਰਾ ਮਸ਼ੂਕ ਕਿੱਡੇ ਨਾਂ ਵਾਲਾ ਕਿੱਡਾ ਕਰਮ ਵਾਲਾ। ਮੇਰਾ ਮਸ਼ੂਕ ਜਿਸ ਦਿਨ ਜਿਸ ਬਸਤੀ 'ਚ ਜੰਮਿਆ ਉਸ ਦਿਨ ਸਲਾਬ ਹੈ ਬਸਤੀ ਡੁੱਬ ਗਈ। ਜਿਸ ਕਮਰੇ 'ਚ ਜੰਮਿਆ ਉਹਦੀ ਛੱਤ ਡਿੱਗ ਪਈ ਜਿਸ ਦਾਈ ਨੇ ਕੇਸ ਕੀਤਾ ਉਹਦੇ ਹਾਥੀ ਵੱਡੇ ਗਏ ਨੇ। ਐਡਾ ਕਰਮ ਵਾਲਾ ਮੇਰਾ ਮਸ਼ੂਕ ਸਹੀ ਹੈ ਲਸ਼ਕਾਰੇ ਹੀ ਬੜੇ ਸਨ। ਕਾਦੇ ਲਸ਼ਕਾਰੇ ਨੇ ਤੇਰੇ ਹੁਸਨ ਹੁਸਨ ਦੇ ਕਾਦਾ ਹੁਸਨ ਜੋ ਮੈਂ ਤੇ ਨਾ ਗੱਲ ਹੀ ਨਹੀਂ ਕਰਦੀ। ਮੈਂ ਤੇਰੇ ਪਿੱਛੇ ਨੰਗੇ ਪੈਰਾਂ ਦੌੜਦੀ ਆਨੀ ਕਦੇ ਜੁੱਤੀ ਕਿੱਥੇ ਆਈ ਵੇ ਜੁੱਤੀ ਮੇਰੇ ਵਿਆਹ ਦੀ ਸੀ ਨਾ। ਮੈਂ ਕਿਹਾ ਹੋ ਸਕਦਾ ਤੂੰ ਮੈਨੂੰ ਨਾ ਰੱਖੇ ਮੈਨੂੰ ਆਪਣੇ ਅਗਲੇ ਵਿਆਹ ਤੇ ਪਾਣੀ ਪੈ ਜਾਵੇ। ਬਹੁਤ ਅੱਛੀ ਇੰਨੀਆਂ ਤਲਾਕਾਂ ਇਹਨੂੰ ਹੋਈਆਂ ਨੇ ਇਹਦੀ ਮਾਂ ਨੂੰ ਉਸ ਤੋਂ ਘੱਟ ਹੋਈਆਂ ਨੇ ਮੈਨੂੰ ਜਿੰਨੀਆਂ ਤਲਾਕਾਂ ਹੋਈਆਂ।